Here's to your body, Hari Baba. ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਪੰਜਾਬੀ ਸਿੰਗਰਾਂ ਦੀ ਆਪਸ ਵਿੱਚ ਤਕਰਾਰ ਅਕਸਰ ਹੀ ਦੇਖਣ ਨੂੰ ਮਿਲਦੀ ਆ। ਪਿਛਲੇ ਦਿਨੀ ਸਿੱਧੂ ਮੂਸੇਵਾਲਾ ਤੇ ਸਿੱਪੀ ਗੱਲ ਦਾ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਛਾਇਆ ਰਿਹਾ ਤੇ ਇਸ ਲੜਾਈ ਬਾਰੇ ਲੋਕਾਂ ਨੇ ਆਪਣੇ ਵੱਖ ਵੱਖ ਵਿਚਾਰ ਵੀ ਦਿੱਤੇ। ਇਹ ਮੁੱਦਾ ਅਜੇ ਤੱਕ ਪੂਰੀ ਤਰ੍ਹਾਂ ਠੰਡਾ ਨਹੀਂ ਹੋਇਆ ਸੀ। ਹੁਣ ਦੋਸਤੋ ਇੱਕ ਹੋਰ ਮੁੱਦਾ ਬਹੁਤ ਜ਼ਿਆਦਾ ਭਖਦਾ ਜਾ ਰਿਹਾ, ਕਿਉਂਕਿ ਦੋਸਤੋ ਇੱਕ ਨਵਾਂ ਗੀਤ ਆਇਆ ਲੂਮੀਨਾਟੀ, ਜਿਸ ਨੂੰ ਗਾਇਆ ਹੈ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ, ਤੇ ਇਸ ਗੀਤ ਰਾਹੀਂ ਦੋਸਤੋ ਆਪਾਂ ਕਹਿ ਸਕਦੇ ਹਾਂ ਕਿ ਉਸਨੇ ਪੰਜਾਬੀ ਗਾਇਕ ਸਿੰਘੇ ਨੂੰ ਰਿਪਲਾਈ ਕੀਤਾ, ਉਸ ਨੂੰ ਆਪਣੇ ਗੀਤ ਰਾਹੀਂ ਕਾਫੀ ਗੱਲਾਂ ਸੁਣਾਈਆਂ। ਸੋ ਦੋਸਤੋ ਆਓ ਸਭ ਤੋਂ ਪਹਿਲਾਂ ਤੁਹਾਨੂੰ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਲੂਮੀਨਾਟੀ ਗੀਤ ਦੇ ਕੁਝ ਬੋਲ ਸੁਣਾ ਦਿੰਦੇ ਹਾਂ, ਜਿਸ ਵਿੱਚ ਉਹਨਾਂ ਨੇ ਸਿੰਘੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ। ਨਾਲੇ ਢੋਲ ਪਲਾਜ਼ਾ ਉੱਤੇ ਸਿਰ ਜਿਹੜੇ ਪਾੜਦੇ, ਪਾਪ ਤੋਂ ਡਰਦੇ ਇੱਕ ਮੱਖੀ ਵੀ ਨਹੀਂ ਮਾਰਦੇ, ਪੁੱਤਾਂ ਦੀ ਛਾਤੀ ਤੇ ਇਲੂਮੀਨਾਟੀ ਦਾ ਟੈਟੂ ਪਵਾ ਕੇ। ਦੋਸਤੋ ਜਿਵੇਂ ਤੁਸੀਂ ਮੁੱਖ ਮੰਤਰੀ ਦਾ ਇਹ ਗੀਤ ਸੁਣਿਆ, ਜਿਸ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਸਨੇ ਸਿੰਘੇ ਬਾਰੇ ਕਾਫੀ ਗੱਲਾਂ ਕਹੀਆਂ, ਉਸ ਨੂੰ ਟਾਰਗੇਟ ਕੀਤਾ, ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਸਿੰਘੇ ਨੂੰ ਟਾਰਗੇਟ ਕਰਨਾ ਜਾਂ ਰਿਪਲਾਈ ਕਰਨਾ ਚਾਹੀਦਾ ਸੀ? ਇਸ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਕੀ ਅਸਰ ਪੈ ਸਕਦਾ ਜਾਂ ਮੁੱਖ ਮੰਤਰੀ ਦੇ ਇਸ ਦਾ ਕੀ ਅਸਰ ਹੋ ਸਕਦਾ? ਤੁਸੀਂ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ, ਤੇ ਨਾਲ ਦੀ ਨਾਲ ਦੋਸਤੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹ ਵੀ ਇਸ ਗੀਤ ਬਾਰੇ ਜਾਣ ਸਕਣ, ਤੇ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਤੇ ਦੋਸਤੋ ਤੁਸੀਂ ਕਮੈਂਟਾਂ ਵਿੱਚ ਇਹ ਵੀ ਦੱਸਿਓ ਕਿ ਤੁਸੀਂ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਸਪੋਰਟ ਕਰਦੇ ਹੋ ਜਾਂ ਸਿੰਘੇ ਦੀ ਸਪੋਰਟ ਕਰਦੇ ਹੋ। ਸੋ ਤੁਸੀਂ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਆ। ਸੋ ਦੋਸਤੋ ਇੰਨੇ ਸ਼ਬਦ ਨਾਲ ਤੁਹਾਡੇ ਤੋਂ ਲੈਂਦੇ ਹਾਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।